ऐसे की हालात बने कि बीजेपी के उम्मीदवार तुहाडे तो वोट वधा जांदे आ कुछ दिन पहला आके? ਕੁਦਰਤੀ ਤੌਰ 'ਤੇ ਲੋਕ ਆਸ ਉਮੀਦ ਸ਼੍ਰੋਮਣੀ ਅਕਾਲੀ ਦਲ ਤੋਂ ਜਿਸ ਤਰ੍ਹਾਂ ਦੀ ਕਰਦੇ ਸੀ ਉਸ ਤਰ੍ਹਾਂ ਦੀ ਮਤਲਬ ਜਿਹੜੀ ਆ ਨਾ ਲੋਕਾਂ ਨੂੰ ਹੁੰਦੀ ਆ ਵੀ ਘੱਟੋ ਘੱਟ ਜੇ ਬੀਜੇਪੀ ਨੇ ਨਾਤਾ ਤੋੜਿਆ ਤਾਂ ਤੁਸੀਂ ਕਿਸ ਪਾਸੇ ਜਾ ਰਹੇ ਹੋ? ਕੁੱਲ ਮਿਲਾ ਕੇ ਮੈਂ ਕਹਿ ਸਕਦਾ ਵੀ ਜਿਹੜੀ ਸਾਡੀ ਹਾਰ ਦਾ ਵੱਡਾ ਕਾਰਨ ਇਹ ਬਣਿਆ ਵੀ ਅਸੀਂ ਕੋਈ ਧਿਰ ਨਾ ਬਣ ਸਕੇ, ਇੱਧਰ ਉੱਧਰ ਨਾ ਇੱਧਰ ਕੇ ਨਾ ਉੱਧਰ ਕੇ ਵਾਲੀ ਗੱਲ, ਨਾ ਕਿਸੇ ਰੇਲ ਦੀ ਸਵਾਰੀ ਨਾ ਬੰਦ ਕਰਕੇ ਅਕਾਲੀ ਦਲ ਦਾ ਇਹ ਨੁਕਸਾਨ ਹੋਇਆ ਜੋ ਹਾਲਤ ਹੋਈ ਹੈ। ਅਕਾਲੀ ਦਲ ਉਮੀਦਵਾਰ ਜਿਨ੍ਹਾਂ ਨੇ ਚੋਣ ਲੜੀ ਆਨੰਦਪੁਰ ਸਾਹਿਬ ਤੋਂ ਪਹਿਲਾਂ ਸਾਂਸਦ ਵੀ ਰਹੇ, ਚੰਦੂ ਮਹਿਰਾ ਸਾਹਿਬ ਐਸੇ ਕੀ ਹਾਲਾਤ ਬਣੇ ਕਿ ਬੀਜੇਪੀ ਦੇ ਉਮੀਦਵਾਰ ਤੁਹਾਡੇ ਤੋਂ ਵੋਟ ਵਧਾ ਜਾਂਦੇ ਆ ਕੁਝ ਦਿਨ ਪਹਿਲਾਂ ਆ ਕੇ? ਦੇਖੋ, ਪਹਿਲੀ ਗੱਲ ਤਾਂ ਮੈਂ ਸਮਝਦਾ ਚੋਣ ਦੇ ਵਿੱਚ ਜਿਵੇਂ ਵਰਕਰਾਂ ਨੇ ਜਾਨ ਤੋੜ ਕੇ ਕੰਮ ਕੀਤਾ, ਪੂਰੀ ਇਮਾਨਦਾਰੀ ਨਾਲ ਕੰਮ ਕੀਤਾ, ਉਹਦੀ ਤਾਂ ਦਾਤ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ ਹਾਰ ਦਾ ਕਾਰਨ ਜਿਹੜਾ ਹੈ, ਜਾਂ ਤੁਸੀਂ ਕਹਿੰਦੇ ਬੀਜੇਪੀ ਵੱਧ ਕਿਉਂ ਲੱਗੀ, ਬੀਜੇਪੀ ਇੱਕ ਕੈਂਪ 'ਚ ਤਾਂ ਖੜੀ ਸੀ, ਮਤਲਬ ਅਸੀਂ ਤਾਂ ਦੱਸੇ ਨਹੀਂ ਸਕੇ ਅਸੀਂ ਕਿਹੜੀ ਰੇਲ ਦੀ ਸਵਾਰੀ ਹਾਂ। ਅਸਲ 'ਚ ਨਾ ਇੱਧਰ ਕੇ ਨਾ ਉੱਧਰ ਕੇ ਵਾਲੀ ਸੋਚ 'ਚ ਲੈ ਡੁੱਬੀ ਸਾਨੂੰ, ਮਤਲਬ ਕੋਈ ਧਿਰ ਬਣ ਕੇ ਨੈਸ਼ਨਲ ਲੈਵਲ 'ਤੇ ਕੋਈ ਏਜੰਡਾ ਸੈੱਟ ਨਹੀਂ ਕਰ ਪਾਏ। ਸਹੀ ਮਹੀਨਿਆਂ ਵਿੱਚ ਤਾਂ ਜਿਹੜਾ ਇੱਕ ਬਣਦਾ ਸੀ ਨਾ ਵੀ ਖੇਤਰੀ ਪਾਰਟੀਆਂ ਦਾ ਅਸੀਂ ਇੱਕ ਸੰਗਠਨ ਲੱਗੇ ਸੀ ਬਣਾਉਣ, ਅਸਲੀ ਸਾਡੇ ਲਈ ਤਾਂ ਉਹੀ ਇੱਕ ਰਾਹ ਸੀ ਜਿਹੜਾ ਅਸੀਂ ਬਣਾ ਨਾ ਸਕੇ, ਜਾਂ ਕਹਿ ਲਓ ਵੀ ਉਹਦੇ 'ਚ ਬਣਾਉਣ 'ਤੇ ਸਫਲ ਰਹੇ। ਤੁਸੀਂ ਉਹਦੇ 'ਤੇ ਕਾਫੀ ਕੰਮ ਵੀ ਕੀਤਾ, ਕੋਸ਼ਿਸ਼ ਕੀਤੀ ਸੀ, ਫਿਰ ਉਹ ਤੁਹਾਡਾ ਵਿੱਚ ਵਿਚਕਾਰ ਹੀ ਰਹਿ ਗਿਆ, ਕੀ ਕਾਰਨ ਬਣਿਆ? ਕੀ ਤੁਹਾਡੀ ਲੀਡਰਸ਼ਿਪ 'ਚ ਕੋਈ ਕਮੀ ਰਹਿ ਗਈ ਜਾਂ ਤੁਸੀਂ ਉਸ ਲੈਵਲ 'ਤੇ ਪਹੁੰਚ ਨਹੀਂ ਸਕੇ? ਦੇਖੋ, ਪਹੁੰਚ ਤਾਂ ਸਕੇ ਸੀ, ਪਾਰਟੀ ਨੇ ਡਿਊਟੀ ਲਾਈ ਸੀ ਮੇਰੀ, ਮੈਂ ਮਮਤਾ ਬੈਨਰਜੀ ਨੂੰ ਵੀ ਮਿਲਿਆ, ਮੈਂ ਉਦੇ ਠਾਕਰੇ ਜੀ ਨੂੰ ਮਿਲਿਆ ਮਹਾਰਾਸ਼ਟਰ ਜਾ ਕੇ, ਦੋਨਾਂ ਨੇ ਹਾਂ ਕੀਤੀ ਪੂਰੀ, ਈਵਨ ਆਪਣੇ ਅਖਿਲੇਸ਼ ਜੀ ਨੂੰ ਮਿਲਿਆ ਯੂਪੀ 'ਚ, ਉਹਨਾਂ ਨੇ ਪੂਰੀ ਹਾਂ ਕੀਤੀ, ਲਾਲੂ ਪ੍ਰਸਾਦ ਦੇ ਲੜਕੇ ਨੇ ਥੋੜ੍ਹਾ ਜਿਹਾ ਰਿਜ਼ਰਵ ਰਿਹਾ ਸੀ, ਬਾਕੀ ਆਲਮੋਸਟ ਸਾਰਿਆਂ ਨੇ ਹਾਂ ਕੀਤੀ ਸੀ। ਅਤੇ ਉਹ ਟਾਈਮ ਤਾਂ ਬੜਾ ਬੈਟਰ ਸੀ ਜੇ ਅਸੀਂ ਆਲ ਇੰਡੀਆ ਲੈਵਲ 'ਤੇ ਕੋਈ ਖੇਤਰੀ ਪਾਰਟੀਆਂ ਦਾ ਸੰਗਠਨ ਬਣਾਉਂਦੇ। ਚੋਣ ਅੜਿੱਕਾ ਕਿੱਥੇ ਰਹਿ ਗਿਆ ਫਿਰ ਉਹ? ਅੜਿੱਕਾ ਤਾਂ ਸਹੀ ਗੱਲ ਤਾਂ ਉਦੋਂ ਬਾਦਲ ਸਾਹਿਬ ਦੀ ਸਿਹਤ ਖਰਾਬ ਹੋ ਗਈ, ਉਦੋਂ ਅਸਲ 'ਚ ਉਹਨਾਂ ਦੀ ਸ਼ਰਤ ਸੀ ਵੀ ਬਾਦਲ ਸਾਹਿਬ ਨੂੰ ਕਨਵੀਨਰ ਬਣਾ ਦਿਉ, ਉਹ ਸਿਹਤ ਖਰਾਬ ਹੋਣ ਕਰਕੇ ਬਣ ਨਾ ਸਕੇ, ਪਰ ਉਹ ਤੋਂ ਬਾਅਦ ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ। ਸਹੀ ਗੱਲ ਤਾਂ ਆ, ਇਸ ਗੱਲ ਨੂੰ ਸੀਰੀਅਸ ਨਹੀਂ ਲਿਆ। ਸਹੀ ਮਹੀਨਿਆਂ ਵਿੱਚ ਜੇ ਅੱਜ ਖੇਤਰੀ ਪਾਰਟੀਆਂ ਦਾ ਜਿਹੜਾ ਸੰਗਠਨ ਆ ਸੀ ਜਦੋਂ ਬੀਜੇਪੀ ਤੋਂ ਨਾਤਾ ਤੋੜਿਆ, ਹੁਣ ਵੀ ਜੇ ਅਸੀਂ ਖੇਤਰੀ ਪਾਰਟੀਆਂ ਦਾ ਸੰਗਠਨ ਸਾਹਮਣੇ ਰੱਖ ਕੇ ਵੀ ਮਤਲਬ ਦੇਸ਼ ਦੇ ਵਿੱਚ ਇੱਕ ਤੀਜੀ ਧਿਰ ਵੱਲ ਵੱਧਦੇ ਤਾਂ ਵੀ ਅੱਜ ਸਰਦਾਰੀ ਸਾਡੀ ਹੋਣੀ ਸੀ। ਅੱਛਾ, ਤੁਸੀਂ ਅਕਾਲੀ ਦਲ ਹਮੇਸ਼ਾ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦਾ, ਪੰਥ ਦੇ ਮੁੱਦਿਆਂ 'ਤੇ ਚੋਣ ਲੜਨ ਦਾ ਦਾਅਵਾ ਕਰਦਾ, ਪਰ ਐਤਕੀ ਇੱਕ ਹੋਰ ਧਿਰ ਸਾਹਮਣੇ ਆਈ ਜਿਹਦੇ 'ਚ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਔਰ ਉਹਨਾਂ ਨੇ ਵੱਡੀ ਜਿੱਤ ਵੀ ਦਰਜ ਕਰਾਈ, ਪਰ ਅਕਾਲੀ ਦਲ ਲਗਾਤਾਰ ਉਹਨਾਂ ਦੇ ਖਿਲਾਫ ਵੱਡੇ ਬਿਆਨ ਦਿੰਦਾ ਨਜ਼ਰ ਆਇਆ, ਅਕਾਲੀ ਦਲ ਦੇ ਉਮੀਦਵਾਰ ਵੀ ਉਹਨਾਂ ਦੇ ਸਾਹਮਣੇ ਖੜ੍ਹੇ ਨਜ਼ਰ ਆਏ, ਇਸ ਪੂਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ? ਹਾਂ, ਉਹਦੇ 'ਚ ਵੀ ਅਸੀਂ ਤੈਅ ਨਹੀਂ ਕਰ ਪਾਏ, ਕਿਉਂਕਿ ਉਹਦੇ 'ਚ ਵੀ ਕੁਦਰਤੀ ਤੌਰ 'ਤੇ ਲੋਕ ਆਸ ਉਮੀਦ ਸ਼੍ਰੋਮਣੀ ਅਕਾਲੀ ਦਲ ਤੋਂ ਜਿਸ ਤਰ੍ਹਾਂ ਦੀ ਕਰਦੇ ਸੀ ਉਸ ਤਰ੍ਹਾਂ ਦੀ ਮਤਲਬ ਜਿਹੜੀ ਆ ਨਾ ਲੋਕਾਂ ਨੂੰ ਹੁੰਦੀ ਆ ਵੀ ਘੱਟੋ ਘੱਟ ਜੇ ਬੀਜੇਪੀ ਨੇ ਨਾਤਾ ਤੋੜਿਆ ਤਾਂ ਤੁਸੀਂ ਕਿਸ ਪਾਸੇ ਜਾ ਰਹੇ ਹੋ, ਉਹ ਅਸੀਂ ਦੱਸ ਨਹੀਂ ਸਕੇ। ਤੁਹਾਨੂੰ ਤੁਸੀਂ ਕੀ ਸਮਝਦੇ ਹੋ ਕਿ ਖਡੂਰ ਸਾਹਿਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਔਰ ਫਰੀਦਕੋਟ ਦੇ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ ਨਾਲ ਤੁਹਾਨੂੰ ਖੜਨਾ ਚਾਹੀਦਾ ਸੀ, ਉਹਨਾਂ ਨੂੰ ਲੈ ਕੇ ਕੋਈ ਵੱਡਾ ਫੈਸਲਾ ਤੁਹਾਨੂੰ ਲੈਣਾ ਚਾਹੀਦਾ ਸੀ?
ਦੇਖੋ ਗੱਲ ਇਹ ਆ ਵੀ ਜਦੋਂ ਚੋਣ ਲੜਨਾ ਤਾਂ ਹਰ ਇੱਕ ਨੂੰ ਹੱਕ ਆ, ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਚੋਣ ਕਿਉਂ ਲੜਦਾ, ਜਾਂ ਮਤਲਬ ABC ਕੋਈ ਹੋਵੇ, ਮਤਲਬ ਉਹਦੇ ਚ ਹਾਂ ਫੈਸਲਾ ਜਿਹੜਾ ਹੈ ਪਾਰਟੀ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਵੀ ਜਿਹੜੀ ਸਾਡੀ ਹਾਰ ਦਾ ਵੱਡਾ ਕਾਰਨ ਇਹ ਬਣਿਆ ਵੀ ਅਸੀਂ ਕੋਈ ਕੋਈ ਧਿਰ ਨਾ ਬਣ ਸਕੇ ਇੱਧਰ ਉੱਧਰ, ਨਾ ਇੱਧਰ ਕੇ ਨਾ ਉੱਧਰ ਕੇ ਵਾਲੀ ਗੱਲ, ਨਾ ਕਿਸੇ ਰੇਲ ਦੀ ਸਵਾਰੀ ਨਾ ਬਣ ਕਰਕੇ ਅਕਾਲੀ ਦਲ ਦਾ ਇਹ ਨੁਕਸਾਨ ਹੋਇਆ ਜੋ ਹਾਲਤ ਹੋਈ ਹੈ। ਅੱਛਾ ਜੀ, ਜ਼ਿੰਮੇਵਾਰ ਇਹਦੇ ਲਈ ਕਿਹਨੂੰ ਮੰਨਦੇ ਹੋ ਤੁਸੀਂ? ਜੇ ਕਮੀ ਰਹਿ ਗਈ ਤਾਂ ਜੇ ਤੁਸੀਂ ਇੱਧਰ ਉੱਧਰ ਕੇ ਸਵਾਰੀ ਬਣ ਕੇ ਰਹਿ ਗਏ, ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੋਕਾਂ 'ਚ ਕਿਵੇਂ ਰਿਵਾਈਵਲ ਹੋਵੇ, ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਲੋਕਾਂ ਵਿੱਚ ਪ੍ਰਮਾਣਿਤ ਕੀਤਾ ਜਾਵੇ, ਇਹ ਤਾਂ ਬਹੁਤ ਡੂੰਘੀ ਗੰਭੀਰਤਾ ਨਾਲ ਵਿਸ਼ਾਲ ਵਿਸ਼ਲੇਸ਼ਣ ਦੀ ਲੋੜ ਆ। ਜਿਹੜੀ ਪਾਰਟੀ ਪ੍ਰਧਾਨ ਸਤਸ਼੍ਰੀ ਸਿੰਘ ਬਾਦਲ ਹੋਣਾ ਨਾਲ ਮਿਲ ਕੇ ਅਤੇ ਪਾਰਟੀ ਦੇ ਸਰਪੰਚ ਨੇ ਸਤਸ਼੍ਰੀਦੇਵ ਸਿੰਘ ਢੀਂਡਸਾ ਉਹਨਾਂ ਨਾਲ ਮਿਲ ਕੇ ਅਤੇ ਸੀਨੀਅਰ ਲੀਡਰਸ਼ਿਪ ਨੂੰ ਵਿੱਚ ਬਿਠਾ ਕੇ ਇਹਦੇ 'ਤੇ ਵਿਚਾਰ ਚਰਚਾ ਵਿਸ਼ਲੇਸ਼ਣ ਡੂੰਘਾਈ 'ਚ ਕਰਕੇ ਹੀ ਕੋਈ ਰਾਹ ਲੱਭਿਆ ਜਾਊਗਾ ਕਿ ਅਕਾਲੀ ਦਲ ਨੂੰ ਕਿਵੇਂ ਪ੍ਰਮਾਣਿਤ ਲੋਕਾਂ ਵਿੱਚ ਕਰਿਆ ਜਾਵੇ। ਅੱਛਾ, ਲੀਡਰਸ਼ਿਪ 'ਤੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ, ਪਾਰਟੀ ਦੇ ਅੰਦਰੋਂ ਵੀ ਚੁੱਕੇ ਗਏ ਜਾਂ ਬਾਹਰੋਂ ਵੀ ਇਸ ਤਰ੍ਹਾਂ ਦੀ ਆਵਾਜ਼ ਚੁੱਕੀ ਗਈ, ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ, ਤਾਂ ਐਸੇ ਹਾਲਾਤਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਫੈਸਲਾ ਲੈਣ ਦੀ ਲੋੜ? ਮੈਂ ਵਿੱਚ ਵਿਅਕਤੀ ਘੱਟ ਕਾਊਂਟ ਕਰਦੇ, ਗੱਲ ਤਾਂ ਨੀਤੀ ਦੀ ਆ, ਗੱਲ ਤਾਂ ਪ੍ਰੋਗਰਾਮ ਦੀ ਆ, ਗੱਲ ਤਾਂ ਤੁਸੀਂ ਪ੍ਰੋਗਰਾਮ ਬਣਾ ਕੇ ਪਲੇਟਫਾਰਮ ਤਿਆਰ ਕਰਨ ਦੀ ਆ। ਉਹ ਜੇ ABC ਕੋਈ ਹੋਵੇ, ਜੇ ਪਲੇਟਫਾਰਮ ਹੀ ਨਹੀਂ ਹੈ, ਕੋਈ ਨੀਤੀ ਨਹੀਂ ਹੈ, ਅਤੇ ਫਿਰ ਕੋਈ ਬੰਦਾ ਵੀ ਹੋਵੇ ਉਹ ਹਸ਼ਰ ਹੀ ਹੋ ਸਕਦਾ ਜੋ ਹੁਣ ਹੋਇਆ, ਕਿਉਂਕਿ ਸਭ ਤੋਂ ਜ਼ਰੂਰੀ ਗੱਲ ਹੁੰਦੀ ਹੈ ਨੀਤੀ ਤੈਅ ਕਰਨੀ, ਪਲੇਟਫਾਰਮ ਤਿਆਰ ਕਰਨਾ। ਹੁਣ ਅਸੀਂ ਲੋਕ ਖੜ੍ਹੇ ਹਾਂ, ਲੋਕਾਂ ਨੂੰ ਇਹ ਨਹੀਂ ਦੱਸ ਸਕੇ ਕਿਹੜੀ ਬੱਸ 'ਚ ਬੈਠਣਾ, ਅਤੇ ਲੋਕਾਂ ਨੇ ਫਿਰ ਆਪਣੀ ਮਰਜ਼ੀ ਦੀ ਬੱਸ ਚੁਣ ਲਈ। ਕੀ ਲੱਗਦਾ ਵੈਸੇ ਡਿਸੀਜਨ ਕੀ ਹੋਣਾ ਚਾਹੀਦਾ ਸੀ ਜੇ ਆਪਾਂ ਇੱਕ ਦੋ ਲਾਈਨਾਂ ਦੇ ਵਿੱਚ ਸਮਝਣਾ ਚਾਹੀਏ, ਤਾਂ ਤੁਹਾਨੂੰ ਕੀ ਲੱਗਦਾ? ਅੱਜ ਤਾਂ ਹੁਣ ਟਾਈਮ ਨਿਕਲ ਗਿਆ, ਪਰ ਕਿਹੜਾ ਫੈਸਲਾ ਲੈ ਲੈਂਦੇ ਤਾਂ ਫਾਇਦੇ 'ਚ? ਨੈਸ਼ਨਲ ਲੈਵਲ 'ਤੇ ਸੀ ਚੋਣ, ਅਤੇ ਨੈਸ਼ਨਲ ਲੈਵਲ ਦਾ ਕੋਈ ਏਜੰਡਾ ਤਾਂ ਸਾਨੂੰ ਤੈਅ ਕਰਨਾ ਪੈਣਾ ਹੀ ਸੀ, ਇੱਕ ਧਿਰ ਸਾਹਮਣੇ ਲੋਕਾਂ ਦੇ ਸਾਹਮਣੇ ਤਿਆਰ ਕਰਕੇ ਦੱਸਣੀ ਪੈਣੀ ਸੀ। ਪਰ ਮੈਂ ਵਿਰਸਾ ਸਿੰਘ ਬਟੂਆ ਨਾਲ ਵੀ ਗੱਲ ਕਰ ਰਿਹਾ ਸੀ, ਉਹ ਵੀ ਕਹਿ ਰਹੇ ਸੀ ਕਿ ਮੈਂ ਉਹਨਾਂ ਨੂੰ ਜੋ ਪੁੱਛਿਆ ਕਿ ਜੇ ਤੁਹਾਡੀਆਂ ਸੀਟਾਂ ਆ ਜਾਂਦੀਆਂ ਤਾਂ ਗੱਠਜੋੜ ਕਿਹਦੇ ਨਾਲ ਕਰੋਗੇ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਗੱਠਜੋੜ ਨਾਲ ਹੀ ਨਹੀਂ ਜਾਵਾਂਗੇ, ਉਹਦੇ ਜਦੋਂ ਅਸੀਂ ਸੱਤਾ ਜਾਂਦੇ ਹਾਂ ਤਾਂ ਪੰਜਾਬ ਦਾ ਸਾਡਾ ਨੁਕਸਾਨ ਹੁੰਦਾ, ਅਸੀਂ ਕਿਸੇ ਧਿਰ ਨਾਲ ਰਲਣਾ ਹੀ ਨਹੀਂ। ਚਲੋ ਇਹ ਉਹਨਾਂ ਦੀ ਸੋਚ ਆ, ਪਰ ਮੈਂ ਸਮਝਦਾ ਵੀ ਕਿਸੇ ਨਾ ਕਿਸੇ ਮਤਲਬ ਜਿਵੇਂ ਨੋਟਾ ਆਪਾਂ ਕਹਿੰਦੇ ਸਾਡਾ ਨੋਟਾ ਵਾਲੀ ਗੱਲ ਹੋਈ ਨਾ, ਫਿਰ ਜੇ ਅਸੀਂ ਕਿਸੇ ਧਿਰ ਨਾਲ ਨਹੀਂ ਖੜਨਾ ਫਿਰ ਤਾਂ ਨੋਟਾ ਵਾਲੀ ਗੱਲ ਆ, ਅਤੇ ਫਿਰ ਨੋਟਾ ਵਾਲੀ ਲੋਕਾਂ ਨੇ ਹਾਲ ਕਰਿਆ, ਤਾਂ ਗਲਤੀ ਤਾਂ ਇੱਥੇ ਹੋਈ ਵੀ ਅਸੀਂ ਕਿਸੇ ਧਿਰ ਨਾ ਬਣੇ। ਅੱਗੇ ਕੀ ਫੈਸਲਾ ਰਹੇਗਾ ਹੁਣ ਅਕਾਲੀ ਦਲ ਦਾ? ਮੈਂ ਤੁਹਾਨੂੰ ਦੱਸਿਆ ਵੀ ਬੜੀ ਡਿਟੇਲ 'ਚ, ਐਂ ਤਾਂ ਹੈ ਨਹੀਂ ਵੀ ਮੈਂ ਇੱਕਦਮ ਕਹਿ ਦਿਆਂ, ਪਰ ਮਤਲਬ ਸੀਨੀਅਰ ਪਾਰਟੀ ਲੀਡਰਸ਼ਿਪ ਨਾਲ ਬੜੀ ਗੰਭੀਰਤਾ ਨਾਲ ਵਿਸ਼ਾਲ ਵਿਸ਼ਲੇਸ਼ਣ ਕਰਕੇ ਹੀ ਅਸੀਂ ਕਈ ਰਾਹ ਲੱਭ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਵਿੱਚ ਸਵੀਕਾਰਤ ਬਣਾਉਣ ਦਾ।